गया, वो कहने की हो गया, कहने अपना कहना कूजी चंद एडी क्या रहा था राखी पे ना भी कोई खूब लगे ना लग जे पंखा आड़ गया जानू ना होना ना करें जीजू लगे डंगर बच्चा खड़ा बिलके भी धार थूर कट लो सत श्री अकाल जी सारिआं नूं। अज जी असी सुट लवे एक नवी कहानी लैके हाजिर होया खूह च चंद। एक बार दी गल है जी, कहिंदे जी पिंड जिवें आमली हुंदे ने आमली ते जी चलो उहनां नूं जमीन बेचारिआं लवे ठीक ठाक सीगी थोड़ी जमीन ती। उहनां ने भाई की करिआ, एक आमली रात नूं उठ खड़िआ कितें तोड़ तोड़ लगी होगी चलो उठ के वह बेचारा कहिंदा खेत गेड़ा मारे उहनां वेली बैठे आ। वो चलो उठ के भग गया भाई खेत गया होया, हुण पता यार बंदा थोड़ा मोटा लगी हो तोड़ फोड़ गला गुला सुक जांदा अंदरों खत्म हो जांदा जी करदा हाँ जी करदा पाणी पूणी नूं। वो भाई खूह ले भग गया चाननी रात ती पूर्णमासी वाली जो पूरा चंद होंदा। कहिंदे जी वो बेचारा यार खूह ले गया, उहने कहिंदा यार कहिंदा खूह नहीं जा के बाल्टी छट्टण लग्गिआ वो पिछे चंद दी फोटो तो उत्तों पैंदी थी। कहना लै कहना पट्टे गए साले कहना पैसे दऊ नहीं जुड़ते कहना करें उहदा राजा हुण ऐ चक्कूगा हुण खलूगा। चलो जी वो भाई घरें बग गया हाँ खुश चंद डिग गया वो घरें गया घरें जाके उन्हें अब भाई भाई भूई ठाले दो हे कहना भी उठो उठो कहना कंजर दो। वो कहने की गल हो गई कहना अपना कहना कमे होर हो गया। वो कहने की हो गया कहने अपना कहना कुछ चंद डिग गया। वो कहने की हो गया कहने अपना कहना कुछ चंद डिग गया रात। वो कहना कंजर का कहना बार घाट च होवेगा। वो कहना नहीं बार घाट च यार कहना तुम मेरे ना चलो दोहां नूं लै गया ठाल के वो लैके गया होया। उन्होंने भाई जब देखे जाके वो भी टुन्ने रहेंगे वो कहने गल तो कहने साली उही होगी कहने पर हुण कहने मित्रों कहने खूह नहीं खाली सजना कहने की गल कहने किसी ने देख लिया कहने राजे नूं भी मुकबरी कर दू कहने अपने पुड़े कुट्टे जाणगे। कहिंदे जी इह तां कहिंदे हुण पंगा छड़ गया साला। उन्होंने भाई रातों रात पल्ली चक के लिआंदी खूह ते पल्ली देती आले दुआले उहदे बैठे रहे आले दुआले बैठे रहे भाई। चलो दिन हो गया, दिन हो के एक नूं बठिआ गए हो उत्थे दो चार घरें बह गया कहने कहने काम कार करो कहना राखी पैना भी कोई खूह लवे ना लग जे पंगा आड़ गया जान नूं ना उहनां दा घरें जीजू लगे डंगर बच्छा खड़ा बिलके भी धर धूर कट लो ਹਰ ਕਿਸੇ ਲਿਕੜਦੀ ਹੈਗੀ ਹੋਰ ਨਿਗਾ ਉਹਨਾਂ ਦੀ ਖੂਹ ਚ ਵੀ ਸਾਡਾ ਕੰਮੇ ਹੋਰ ਹੋ ਗਿਆ। ਚਲੋ ਜੀ ਥੋੜਾ ਜਿਹਾ ਟਾਈਮ ਲੰਘਿਆ ਉਹ ਕਹਿੰਦੇ ਵੀ ਐਂ ਤਾਂ ਕਹਿੰਦੇ ਫਿਰ ਕੰਮ ਚੱਲਣਾ ਨਹੀਂ ਕਹਿੰਦੇ ਕਿੰਨਾ ਚਿਰ ਕਹਿੰਦੇ ਖੂਹ ਕਹਿੰਦੇ ਧਾਕੇ ਰੱਖ ਲਾਂਗੇ ਪਾਣੀ ਪੂਣੀ ਵੀ ਲਾਉਣਾ ਕਣਕਾਂ ਖਤਮ ਹੋ ਜਾਣਗੀਆਂ। ਚਲੋ ਜੀ ਕਹਿੰਦੇ ਫਿਰ ਕਹਿੰਦੇ ਹੁਣ ਕਹਿੰਦੇ ਭਾਈ ਕੀ ਬਣੇ ਕਹਿੰਦਾ ਜੀ ਬਣਨਾ ਦੇਖੋ ਕੀ ਹੈ ਵੀ ਦੇਖਦੇ ਹਾਂ ਚਲੋ ਕੀ ਬਣਦਾ। ਚਲੋ ਜੀ ਦੁਪਹਿਰਾ ਜਿਹਾ ਹੋ ਗਿਆ ਦੁਪਹਿਰਾ ਜਿਹਾ ਹੋ ਕੇ ਐਂ ਕੋਈ ਆਪਣੇ ਪਿੰਡ 'ਚ ਬੰਦਾ ਵੀ ਜਿਵੇਂ ਕੋਈ ਸਕੀਮੀ ਬੰਦਾ ਹੁੰਦਾ ਵੀ ਹਾਂ ਵੀ ਆਹ ਬੰਦਾ ਹੱਲ ਕਰੂ ਜਿਵੇਂ ਆਪਣਾ ਹੁੰਦਾ ਕੋਈ ਬੰਦਾ ਪਿੰਡ 'ਚ ਹਰੇਕ ਬੰਦਾ ਦੀ ਰਾਏ ਲੈਂਦਾ ਹੁੰਦਾ ਉਹ ਬੰਦਾ ਦੀ ਤੇਜ਼ ਉਹ ਭਾਈ ਉਹਦੇ ਲਈ ਬਾਗੇ ਕਹਿੰਦਾ ਤਾਇਆ ਤਾਇਆ ਕਹਿੰਦਾ ਹਾਂ ਬਈ ਕਹਿੰਦਾ ਯਾਰ ਕਹਿੰਦਾ ਉਹ ਹੋ ਗਿਆ ਕਹਿੰਦਾ ਕੰਮ ਹੋ ਗਿਆ ਰਾਤ। ਉਹ ਕਹਿੰਦੇ ਕੀ ਗੱਲ ਹੋ ਗਈ ਕਹਿੰਦਾ ਯਾਰ ਮੈਂ ਤਾਂ ਕਹਿੰਦਾ ਖੇਤ ਕਹਿੰਦਾ ਉਹ ਗੇੜਾ ਮਾਰਨ ਵਾ ਕਹਿੰਦਾ 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 ਗੱਲ ਤਾਂ ਕਹਿੰਦਾ ਉਹ ਚੰਗੀ ਵੀ ਹੋਈ ਕਹਿੰਦਾ ਮੈਂ ਗੇੜ ਤਾਂ ਮਾਰਨ ਵਾ ਗਿਆ ਉਹ ਕਹਿੰਦਾ ਕਹਿੰਦਾ ਕੋਈ ਹੋਰ ਦੇਖ ਲੈਂਦਾ ਕਹਿੰਦਾ ਗਾਹ ਪਾਉਂਦਾ ਕਹਿੰਦਾ ਮੈਂ ਗੱਲ ਉੱਥੇ ਦੱਬ ਲਈ ਕਹਿੰਦਾ ਇਹ ਜੀ ਕਹਿੰਦਾ ਕਈ ਜੀ ਗੱਲ ਹੈ ਕਹਿੰਦਾ ਯਾਰ ਚੰਦ ਡਿੱਗ ਗਿਆ ਰਾਤ ਕੁਛ ਕਹਿੰਦਾ ਉਹਨੇ ਭਾਈ ਲਾਇਆ ਦਿਮਾਗ ਵੀ ਇਹ ਕੰਜਰ ਦੇ ਰਾਤ ਗਏ ਹੁਣ ਕਿਹਨਾਂ ਨੂੰ ਖੂਹ 'ਚ ਚੰਦ ਡਿੱਗ ਦਿਖ ਗਿਆ ਹੋਊਗਾ ਵੀ ਉੱਤੋਂ ਛਾਂ ਦਿਖ ਗਈ ਹੋਊਗੀ ਚੰਦ ਦੀ ਪਰਛਾਵਾਂ ਦਿਖ ਗਿਆ ਹੋਊਗਾ। ਚਲੋ ਜੀ ਉਹ ਕਹਿੰਦਾ ਵੀ ਲੈ ਵੀ ਇਹਦਾ ਆ ਕੰਮ ਹਿਸਾਬ 'ਚ ਵੀ ਇਹਨਾਂ ਤੋਂ ਲੈ ਕਹਿੰਦਾ ਇਹ ਕੰਮ ਹੁਣ ਚੰਗਾ। ਚਲੋ ਜੀ ਉਹ ਕਹਿੰਦਾ ਵੀ ਮਿੱਤਰੋ ਕਹਿੰਦਾ ਕੰਮ ਲੱਗਾ ਤੁਹਾਡਾ ਮੈਂ ਕਰ ਦੂੰ ਕਹਿੰਦਾ ਪਰ ਕਹਿੰਦਾ ਜਿਹੜਾ ਕੁਛ ਕਹਿੰਦਾ ਮੈਂ ਕਹੂੰ ਤੁਹਾਨੂੰ ਕਰਨਾ ਪਿਆ ਕਰ। ਉਹ ਕਹਿੰਦਾ ਤਾਂ ਕਹਿੰਦਾ ਤੇਰੇ ਪੈਰ ਤੋਂ ਧੋਬੀ ਮੈਂ ਕਹਿੰਦਾ ਸਾਡੇ ਕਹਿੰਦਾ ਜਾਨ ਛੜਾ ਦੇ ਬਹੁਤ ਔਖਾ ਕਹਿੰਦਾ ਹੋਇਆ ਪਿਆ। ਇੱਕ ਤਾਂ ਕਹਿੰਦੇ ਉੱਥੇ ਬੈਠਾ ਵੀ ਬਿਠਾ ਰੱਖਿਆ ਗਾ ਵੀ ਕੋਈ ਵੀ ਖੂਹ ਦੇ ਲਵੇ ਨਾ ਲੱਗ ਜੇ। ਚਲੋ ਜੀ ਕਹਿੰਦਾ ਵੀ ਕੋਈ ਚੱਕਰ ਨਹੀਂ ਹੁਣ ਤਾਂ ਪਤਾ ਸੀਗਾ ਵੀ ਦਿਨੇ ਕਿਹੜਾ ਉੱਥੇ ਹੋਊਗਾ ਵੀ ਦਿਨੇ ਤਾਂ ਛਾਂ ਵਗ ਜਾਣੀ ਹੈਗੀ ਉਹ 'ਚ ਕੀ ਰਹਿਣਾ ਖੂਹ 'ਚ। ਚਲੋ ਜੀ ਉਹ ਕਹਿੰਦਾ ਵੀ ਫਿਰ ਕਹਿੰਦਾ ਐਂ ਕਰੋ ਵੀ ਤੁਸੀਂ ਡੰਗਰ ਬੱਸੇ ਨੂੰ ਕਹਿੰਦਾ ਮੇਰੇ ਡੋਕਾ ਟੱਲਾ ਕਰੋ ਕਹਿੰਦਾ ਵੀ ਖੇਤ ਖੂਦ ਕਹਿੰਦਾ ਪਾਣੀ ਪੂਣੀ ਦੇਖ ਕੇ ਆਓ ਵੀ ਸਾਰਾ ਕੁਝ ਭਾਈ ਦੇਖੋ ਵੀ ਕੀ ਬਣਦਾ। ਕਹਿੰਦਾ ਜੀ ਕੋਈ ਚੱਕਰ ਨਹੀਂ ਕਹਿੰਦਾ ਅਸੀਂ ਦੇਖਦੇ ਹਾਂ। ਚਲੋ ਜੀ ਉਹਦਾ ਗਏ ਖੇਤ ਭਾਈ ਉਹਦਾ ਸਾਰਾ ਕੰਮ ਕੁੰਮ ਕਰਿਆ ਕਰਨ। ਉਹ ਕਹਿੰਦੇ ਮੈਂ ਤੇਰਾ ਗੱਲ ਸੁਣ ਲਾ ਕਹਿੰਦਾ ਉਹ ਬੰਦਾ ਕਹਿੰਦਾ ਕਹਿੰਦਾ ਵੀ ਕੰਮ ਕਹਿੰਦਾ ਤੁਹਾਡਾ ਕਹਿੰਦਾ ਸਿਰੇ ਲਾ ਦੂੰਗਾ ਕਹਿੰਦਾ ਪਰ ਕਹਿੰਦਾ ਜਿਹੜੇ ਜਿੱਥੇ ਕਹਿੰਦਾ ਮੈਂ ਜਦ ਕਿਹਾ ਕਰੂੰਗਾ ਸੁਣਾਉਣਾ ਪਿਆ ਕਰੂੰ ਉਹਨੂੰ ਹੋ ਗਿਆ ਵੀ ਲੈ ਫ੍ਰੀ ਦੇ ਸੀਵੀ ਲੱਭ ਕੇ ਆਪਾਂ ਕੰਮ ਲਿਆ ਕਰਾਂਗੇ।
ਚਲੋ ਜੀ ਉਦੋਂ ਬਾਅਦ ਉਹਨੂੰ ਤਾਂ ਪਤੀ ਸੀਗਾ, ਉਹ ਕਹਿੰਦਾ ਵੀ ਲੱਗਣਾ ਗੱਲ ਸੁਣੋ ਮੇਰੀ, ਕਹਿੰਦਾ ਗੱਲ ਕਹਿੰਦਾ ਸਾਰੀ ਕਹਿੰਦਾ ਮੈਂ ਕਰਿਆ ਆ, ਕਹਿੰਦਾ ਤੁਸੀਂ ਕਹਿੰਦਾ ਬੰਦੇ ਨੂੰ ਕਹਿੰਦਾ ਆਪਦੇ ਨੂੰ ਕਹਿੰਦਾ ਉੱਥੋਂ ਪਹਿਲਾਂ ਤੋਰੋ। ਉਹ ਬੰਦਾ ਉਹਨਾਂ ਨੂੰ ਵੀ ਘਰੇ ਬੁਲਾ ਲਿਆ ਗਿਆ, ਤੂੰ ਘਰੇ ਵਗ ਜਾ ਵੀ ਤਾਇਆ ਆ ਗਿਆ ਉੱਥੇ ਵੀ ਸਾਰਾ ਕੰਮ ਕਰ ਦੂ। ਚਲੋ ਜੀ ਉਹਨੇ ਕੀ ਕਰਨਾ ਸੀ, ਉਹਨੇ ਚੱਕ ਕੇ ਬਸ ਉਹ ਕਰਤਾ ਪੱਲੀ ਲਾਤੀ, ਲਾ ਕੇ ਪੱਲੀ ਉਹਨੇ ਵੀ ਘਰੇ ਵਗ ਗਿਆ। ਘਰੇ ਜਾ ਕੇ ਕਹਿੰਦਾ ਕਹਿੰਦਾ ਵੀ ਐਂ ਕਰੋ ਵੀ ਆ ਜਾਓ ਹੁਣ। ਕਹਿੰਦੇ ਜੀ ਠੀਕ ਹੈ, ਵਗ ਗਏ ਜੀ। ਜਾ ਕੇ ਉਹ ਕਹਿੰਦਾ ਵੀ ਗੱਲ ਸੁਣ ਲਓ, ਕਹਿੰਦਾ ਕਿ ਸ਼ਰਤ ਹੈ ਮੇਰੀ, ਕਹਿੰਦਾ ਵੀ ਗੱਲ ਕਹਿੰਦਾ ਫੇਰ ਨਿਪੜੂ। ਉਹ ਕਹਿੰਦੇ ਕਿਵੇਂ, ਕਹਿੰਦਾ ਸੁਣਿਆ ਰਾਤ ਨੂੰ ਕਹਿੰਦਾ ਕਿਸੇ ਨੇ ਕਹਿੰਦਾ ਖੇਤ ਕਿਹੜਾ ਨਹੀਂ ਮਾਰਨਾ, ਦਿਨੇ ਦਿਨੇ ਕਹਿੰਦਾ ਕੰਮ ਕਹਿੰਦਾ ਦਿਨੇ ਮਿਲ ਕੇ ਘਰ ਨੂੰ ਵਗ ਜਾ ਕਰ। ਕਹਿੰਦੇ ਠੀਕ ਹੈ। ਹੁਣ ਬਈ ਮੁੜ ਕੇ ਬਈ ਖੂਹ 'ਚ ਦਿਖਾਇਆ ਉਹਨਾਂ ਨੂੰ, ਖੂਹ 'ਚ ਨਾ ਚੰਦ ਨਾ ਚੁੰਦ, ਕਹਿੰਦਾ ਚੱਕ। ਉਹ ਕਹਿੰਦੇ ਬਾਪ ਜੀ ਬਾਤਾਂ ਨਾ, ਕਹਿੰਦਾ ਸਾਡੇ ਕਹਿੰਦਾ ਕੰਮੇ ਸਿਖਾਲਾ ਕਰਤਾ, ਉਈ ਕਹਿੰਦਾ ਇੱਥੇ ਕਹਿੰਦੇ ਮਰ ਗਏ ਤੇ ਕਹਿੰਦੇ ਬਾਹਰ 'ਚ ਬੋਗੀਆ ਦੜਾਈਗੇ। ਇੰਨੀ ਕੁ ਗੱਲ ਤੀ ਜੇ ਵਧੀਆ ਲੱਗੂਗੀ, ਲਾਈਕ ਕਰਿਓ ਸ਼ੇਅਰ ਕਰਿਓ। ਧੰਨਵਾਦ ਜੀ।